ਕਿਵੇਂ ਦੋਸਤੋ, ਕੀ ਹਾਲ ਚਾਲ? ਮੇਰਾ ਨਾਮ ਸੰਦੀਪ, ਵੈਲਕਮ ਟੂ ਮਾਈ ਚੈਨਲ। ਸੋ ਸਾਰਿਆਂ ਥੈਂਕ ਯੂ, ਵੀਡੀਓ ਨੂੰ ਲਾਈਕ ਕਰ ਰਹੇ ਹੋ, ਚੈਨਲ ਸਬਸਕ੍ਰਾਈਬ ਕਰ ਦਿਓ, ਵਧੀਆ ਵਧੀਆ ਵੀਡੀਓ ਤੇ ਕਮੈਂਟ ਕਰ ਰਹੇ ਹੋ, ਇੰਨਾ ਪਿਆਰ ਤੇ ਇੰਨਾ ਸਪੋਰਟ ਲਈ ਥੈਂਕਸ। ਸੋ ਇੰਜੀ ਸਪੋਰਟ ਦਿੰਦੇ ਰਹੋ, ਪਿਆਰ ਕਰਦੇ ਰਹੋ, ਬਹੁਤ ਵਧੀਆ ਲੱਗਦਾ ਵੀਡੀਓ ਨੂੰ ਲਾਈਕ ਕਰਦੇ ਤੇ ਕਮੈਂਟ ਕਰ ਦਿਓ। ਸੋ ਇੰਜੀ ਕਮੈਂਟ ਕਰਦੇ ਰਹੋ, ਲਾਈਕ ਕਰਦੇ ਰਹੋ ਤੇ ਇੰਜੀ ਸਪੋਰਟ ਦਿੰਦੇ ਰਹੋ, ਕਿਉਂਕਿ ਜੋ ਤੁਸੀਂ ਕਮੈਂਟ ਕਰਦੇ ਹੋ ਉਹਨੂੰ ਪਤਾ ਲੱਗਦਾ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਕਿ ਨਹੀਂ ਆ ਰਹੀਆਂ। ਸੋ ਇੰਜੀ ਸਪੋਰਟ ਦਿੰਦੇ ਰਹੋ ਤੇ ਪਲੀਜ਼ ਯਾਰ, ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਐਪਰੀਸ਼ੀਏਟ ਕਰਨ ਲਈ ਕਮੈਂਟ ਜ਼ਰੂਰ ਕਰਿਓ ਤੇ ਲਾਈਕ ਵੀ ਜ਼ਰੂਰ ਕਰਿਓ। ਸੋ ਬਾਕੀ ਜੇ ਤੁਸੀਂ ਬੈਲ ਆਈਕਨ ਨੂੰ ਨਹੀਂ ਦਬਾਇਆ ਹੋਇਆ, ਪਲੀਜ਼ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ, ਇਹ ਤੁਸੀਂ ਮੇਰੀ ਕੋਈ ਵੀਡੀਓ ਮਿਸ ਨਹੀਂ ਕਰੋਗੇ ਤੇ ਚੈਨਲ ਦੀ ਵੀਡੀਓ ਜਿਹੜੀ ਵੀਡੀਓ ਨਵੀਆਂ ਆ ਰਹੀਆਂ ਪੂਰੀ ਤੁਸੀਂ ਅਪ ਟੂ ਡੇਟ ਰਹੋਗੇ। ਸੋ ਗਾਇਜ਼, ਵੀਡੀਓ ਦੀ ਰਿਐਕਸ਼ਨ ਕਰਨ ਤੋਂ ਪਹਿਲਾਂ ਕਿ ਜਿੱਦਾਂ ਆਪਾਂ ਕਮੈਂਟ ਆਫ ਦਾ ਡੇ ਪੜੀਦਾ, ਸੋ ਕਮੈਂਟ ਆਫ ਦਾ ਡੇ ਹੈ ਜੀ ਲਵ ਇੰਡੀਆ, ਤੇ ਉਹਨਾਂ ਦੀ ਆਈਡੀ ਦਾ ਨਾਂ ਆ। ਸੋ ਥੈਂਕ ਯੂ, ਤੁਸੀਂ ਕਮੈਂਟ ਕੀਤਾ, ਟਾਈਮ ਕੱਢ ਕੇ ਸਾਡੀ ਵੀਡੀਓ ਨੂੰ ਸਪੋਰਟ ਕਰ ਰਹੇ ਹੋ ਤੇ ਪਿਆਰ ਦੇ ਰਹੇ ਹੋ, ਸ਼ਾਊਟ ਆਊਟ ਟੂ ਯੂ। ਸੋ ਥੈਂਕ ਯੂ ਇੱਕ ਵਾਰੀ ਫਿਰ ਕਮੈਂਟ ਕਰਨ ਲਈ। ਸੋ ਅੱਜ ਜਿਹੜੀ ਵੀਡੀਓ ਹੈ, ਤੁਸੀਂ ਟਾਈਟਲ ਵੀ ਪੜ੍ਹ ਲਿਆ ਹੋਣਾ, ਇਮਰਾਨ ਖਾਨ, ਪੀਐਮ ਇਮਰਾਨ ਖਾਨ ਸਪੀਚ ਆਫਟਰ ਰਿਟਰਨਿੰਗ ਫਰੋਮ ਸਕਸੈਸਫੁਲ ਟ੍ਰਿਪ ਵਿਜ਼ਿਟ ਟੂ USA। ਸੋ ਜਿੱਦਾਂ ਕਿ ਸਾਰਿਆਂ ਨੂੰ ਪਤਾ ਕਿ ਪੀਐਮ ਇਮਰਾਨ ਖਾਨ ਜੀ ਤੇ USA ਦੇ ਟ੍ਰਿਪ ਤੇ ਗਏ ਹੋਏ ਸੀ ਤੇ ਉਹਨਾਂ ਦੀ ਪਹਿਲਾਂ ਵੀ ਇੱਕ ਸਪੀਚ ਜਿਹੜੀ ਵਾਸ਼ਿੰਗਟਨ DC ਕਾਫੀ ਟ੍ਰੈਂਡਿੰਗ 'ਚ ਚੱਲ ਰਹੀ ਸੀ ਤੇ ਉਹਨਾਂ ਨੇ ਸਪੀਚ ਦਿੱਤੀ ਤੇ ਵਾਪਸ ਆਉਣ ਤੋਂ ਬਾਅਦ ਉਹਨਾਂ ਦੀ ਜਿਹੜੀ ਸਕਸੈਸਫੁਲ ਟ੍ਰਿਪ ਰਹੀ ਹੈ USA ਤੋਂ ਜਿਹੜੇ ਹੋ ਕੇ ਆਏ ਹੈ, ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਆਪਣੀ ਸਪੀਚ ਦਿੱਤੀ ਹੈ ਤੇ ਕੀ ਕਿਹਾ ਉਹਨਾਂ ਨੇ ਤੇ ਕੀ ਥਿੰਕਿੰਗ ਹੈ ਉਹਨਾਂ ਦੀ, ਤੇ ਚਲੋ ਵੀਡੀਓ ਵੇਖਦੇ ਹਾਂ ਤੇ ਬਾਕੀ ਗੱਲਾਂ ਕਰਦੇ ਹਾਂ ਵੀਡੀਓ ਤੋਂ ਬਾਅਦ। ਲੈਟ ਸਟਾਰਟ। ਯਾ ਕਨਾ ਬਦੋ ਯਾ ਕਨਾ ਸਤਾਈਨੇ ਬਿਸਮਿਲ੍ਲਾ ਰਹਿਮਾਨ ਰਹੀਮ ਇਯਾਕ ਨਾਬੂਦੁ ਵ ਇਯਾਕ ਨਸਤਾਈਨ। ਅੱਲਾ ਤੇਰੀ ਇਬਾਦਤ ਕਰਤੇ ਹੈ ਔਰ ਅੱਲਾ ਤੇਰੇ ਸੇ ਮਦਦ ਮਾਂਗਤੇ ਹੈ। ਅਬ ਥੋੜੀ ਸੀ ਖਾਮੋਸ਼ੀ, ਥੋੜੀ ਖਾਮੋਸ਼ੀ, ਥੋੜੀ ਖਾਮੋਸ਼ੀ। ਪਹਿਲੇ ਤੋਂ ਮੈਂ ਆਪ ਸਭ ਕਾ ਸ਼ੁਕਰੀਆ ਅਦਾ ਕਰਤਾ ਹੂੰ ਕਿ ਰਾਤ ਕੇ ਇਸ ਵਕਤ ਆਜ ਆਪ ਮੇਰੇ ਪਾਸ ਆਏ, ਬਹੁਤ ਬਹੁਤ ਸ਼ੁਕਰੀਆ। ਔਰ ਆਜ ਮੁਝੇ ਐਸਾ ਲਗਾ ਕਿ ਮੈਂ ਕਿਸੀ ਬਾਹਰ ਦੌਰੇ ਸੇ ਨਹੀਂ ਆ ਰਹਾ, ਵਰਲਡ ਕੱਪ ਜੀਤ ਕੇ ਆ ਰਹਾ ਹੂੰ। ਬਹੁਤ ਬਹੁਤ ਸ਼ੁਕਰੀਆ। ਮੈਂ ਦੋ ਤਿੰਨ ਚੀਜ਼ਾਂ ਕਹੂੰਗਾ, ਥੋੜੀ ਖਾਮੋਸ਼ੀ ਔਰ ਮੇਰੀ ਪਲੀਜ਼ ਬਾਤ ਸੁਣ ਲੈ। ਦੇਖੇ ਮੇਰੇ ਪਾਕਿਸਤਾਨੀਓ, ਇੱਕ ਚੀਜ਼ ਯਾਦ ਰੱਖੋ, ਅੱਲਾ ਨੇ ਹਮੇ 27 ਰਮਜ਼ਾਨ ਕੋ ਇਸ ਮੁਲਕ ਕੋ ਜਨਮ ਦਿਆ ਥਾ, 27 ਰਮਜ਼ਾਨ ਕੋ। ਯਹ ਅੱਲਾ ਕਾ ਖਾਸ ਮੁਲਕ ਹੈ। ਆਪ ਇੱਕ ਉਸ ਮੁਲਕ ਕੇ ਸ਼ਹਿਰੀ ਹੋ ਜੋ ਮੈਂ ਸਮਝਤਾ ਹੂੰ ਕਿ ਅੱਲਾ ਨੇ ਵੋ ਵਾਹਿਦ ਮੁਲਕ ਬਣਾਇਆ ਥਾ ਜੋ ਇਸਲਾਮ ਕੇ ਨਾਮ ਪੇ ਬਣਾ ਥਾ। ਮੈਂ ਇਹ ਚਾਹਤਾ ਹੂੰ ਕਿ ਆਪ ਸਭ ਇਸ ਚੀਜ਼ ਕੋ ਕਭੀ ਨਾ ਭੁੱਲਣਾ ਕਿ ਹਮਨੇ ਇੱਕ ਅਜ਼ੀਮ ਕੌਮ ਬਣਨਾ ਹੈ, ਹਮਨੇ ਵੋ ਮੁਲਕ ਬਣਨਾ ਹੈ ਜੋ ਇੱਕ ਬਹੁਤ ਬੜੇ ਆਲਮ ਇਲਾਮਾ ਇਕਬਾਲ ਕਾ ਖਵਾਬ ਥਾ ਔਰ ਹਮਾਰਾ ਇੱਕ ਬਹੁਤ ਅਜ਼ੀਮ ਲੀਡਰ ਕਾਇਦ ਆਜ਼ਮ ਥੇ। ਹਮਨੇ ਜੋ ਮੁਲਕ ਉਨਕੀ ਖਵਾਬ ਥੀ ਵੋ ਮੁਲਕ ਬਣਾਨਾ ਹੈ ਹਮਨੇ ਪਾਕਿਸਤਾਨ ਕੋ।
और ये मुल्क हमने, मैं ये बार बार आपको एक चीज कहता हूं, मैं ना कभी कभी किसी के सामने झुका हूं, ना मैंने अपनी कौम को कभी किसी के सामने झुकने देना। हमने एक खुददार कौम बनना है। जो भी कौम खड़ी हुई है, वो ना कभी भीख मांग के बड़ी कौम बनी है, ना लोगों के सामने हाथ फैला के, ना लोगों के सामने झुक के, ना किसी ताकतवर कौम के सामने झुक के कभी कोई अजीम कौम नहीं बनी। हमारे लिए एक मिसाल है, हमारे नबी सल्लल्लाहु अलैहि वसल्लम ने मदीना की रियासत बनाई थी और उन्होंने उस रियासत के कई असूलों के ऊपर बनाया था। मेरी सारी जद्दोजहद होगी कि पाकिस्तान को उन असूलों के ऊपर खड़ा करके एक दुनिया की अजीम कौम बनाऊं। मुझे आज बड़ी खुशी है कि आपने इस तरह रात के इस वक्त आके मुझे इज्जत दी। मैं आपका शुक्रगुजार हूं। इंशाल्लाह आने वाले दिनों में हम पाकिस्तान को ये जो मुश्किल हालात में इन डाकुओं ने पाकिस्तान को छोड़ के गए थे, हमने इस पाकिस्तान को इस्लाहात करनी है, इस मुल्क में इदारे ठीक करने हैं, इस मुल्क में एफबीआर को ठीक करना है। इसी मुल्क से पैसे इकट्ठे करेंगे, इसी मुल्क को अपने पैर पे खड़ा करेंगे, इसी मुल्क से पैसा इकट्ठा करके अपने बच्चों को पढ़ाएंगे, अस्पताल बनाएंगे, साफ पीने का पानी देंगे, नौजवानों को रोजगार दिलवाएंगे, इसी कौम से पैसा इकट्ठा करेंगे। याद रखना एक चीज, दुनिया सिर्फ उसकी इज्जत करती है जो अपनी इज्जत करता है, जो अपनी इज्जत करता है। कभी दुनिया उनकी इज्जत नहीं करती जो दुनिया के सामने हाथ फैलाते हैं या झुकते हैं। तो ये याद रखना, हमने इस मुल्क को उधर लेके जाना है जिधर अगर ये चोर डाकू इस मुल्क पे हुकूमत ना करते आज पहुंच चुका होता पाकिस्तान, उधर एक अजीम मुल्क बन चुका होता। हाँ, और आज एक साल पहले इस कौम ने मुझे इलेक्शन जिताया था, हमारी पार्टी को इख्तदार दिया था। मैं आपसे वादा करता हूं कि आपको कभी मायूस नहीं करूंगा। एक साल हमें लगा है सिर्फ मुल्क को संभालने में, जो इन चोर और डाकुओं ने जिस तरह हमें मकरूज करके छोड़ा, यहां से पैसा चोरी करके बाहर लेके गए, एक साल लगा कि मुल्क को ठीक करें। और अब आप देखेंगे कि अब हम आगे बढ़ेंगे। ये मैं आपको आज बता दूं, हम आगे बढ़ेंगे, लेकिन कभी ये कौम आगे नहीं बढ़ेगी जब तक जिन लोगों ने इस मुल्क को बैंकरप्ट किया, इस मुल्क को मकरूज किया, जब तक हम इन लोगों का सही माने में एहतसाब नहीं करेंगे, इनको जेलों में नहीं डालेंगे, तब तक इनसे सबसे बड़ी बात कि इन, और मैंने बाहर अमेरिका में भी जाके कहा, मैंने वहां भी कहा कि अमेरिका और मगरबी दुनिया को जो लोग हमारे जैसे मुल्कों से पैसा चोरी करके बाहर लेके जाते हैं, जिन्होंने बड़े बड़े महलात बनाए हुए हैं, जिन्होंने इस मुल्क का गरीब लोगों का पैसा चोरी करके बाहर लेके गए हैं, मैंने उधर उनको कहा है कि हमारी मदद करें कि हम वो लूटा हुआ पैसा वापस पाकिस्तान में लाएं और अपनी आवाम के ऊपर लगाएं।
और पाकिस्तानियों, आखिर में एक मिनट आखिर में ये आप सब अपने जहनों में डाल लें कि अल्लाह ने इस मुल्क में हर किस्म की नेमत दी है। अल्लाह ने इस मुल्क में वो नेमतें दी हैं। हम इतने खुशकिस्मत हैं कि शायद ही किसी मुल्क में इतना अल्लाह ने करम किया हो। सिर्फ और सिर्फ हमने अब इस मुल्क के इदारे ठीक करने हैं, जो इदारे इन चोरों ने तबाह किए थे, जो इदारे इन डाकुओं ने तबाह किए थे चोरों को ऊपर बैठा के, ताकि ये उन इदारों के जरिए पाकिस्तान को लूट सकें। हमने ये इदारे ठीक करने हैं और इंशाल्लाह आप देखेंगे कि ये हमारा मुल्क कैसे एक अजीम मुल्क बन के खड़ा होता है दुनिया में। मेरा वादा है आपसे कि दिन आएगा कि हर पाकिस्तानी जब हरा पासपोर्ट लेके दुनिया में निकलेगा, दुनिया आपकी इज्जत करेगी इंशाल्लाह। क्या बात है जी, ऐसी जी पीएम इमरान खान जी की स्पीच। ते वीडियो का लिंक डिस्क्रिप्शन च है, तो जाके तुसी वीडियो देख सकते हो। ते बाकी बहुत वधिया स्पीच सी, ते कुछ सक्सेसफुल टिप्स भी उन्होंने शेयर कीतियां कि वो कौम कदी नहीं अगे वधी जिहड़ी मंगदी है, ते वो इंसान नहीं कदी अगे वध सकदा जिहड़ा अगे हमेशा मंगदा रहे। सो मेहनत करनी पैणी है। ते काफी अगे गल्लां दस्सियां कि जिहड़े पुराने पोलिटिशियन जिहड़ा लुट्टिया पैसा ਉਹ ਉੱਥੋਂ ਕਮਾ ਕੇ ਬਾਹਰ ਬਲੈਕ ਮਨੀ ਜਿਹਨੂੰ ਕਹਿੰਦੇ ਲੈ ਕੇ ਗਏ ਆ, ਉਹ ਵਾਪਸ ਲੈ ਕੇ ਆਉਣਗੇ। ਸੋ ਬਹੁਤ ਵਧੀਆ ਲੱਗੇ ਆ ਕਿ ਚੇਂਜਿਸ ਆ ਰਹੇ ਆ ਨੇਬਰ ਕੰਟਰੀ ਵਿੱਚ, ਅਤੇ ਆਲ ਓਵਰ ਅਗਰ ਏਸ਼ੀਆ ਗਰੋ ਹੋਏ ਤਾਂ ਬਹੁਤ ਵਧੀਆ, ਕਿਉਂਕਿ ਆਉਣ ਵਾਲਾ ਟਾਈਮ ਕਹਿੰਦੇ ਏਸ਼ੀਆ ਦਾ ਹੋਣਾ। ਅਤੇ ਬਹੁਤ ਵਧੀਆ ਲੱਗਿਆ ਕਿ ਚੇਂਜਿਸ ਸਾਨੂੰ ਸਾਰਿਆਂ ਨੂੰ ਚਾਹੀਦੇ ਆ ਅਤੇ ਇੰਪਰੂਵਮੈਂਟ ਸਾਨੂੰ ਸਾਰਿਆਂ ਨੂੰ ਚਾਹੀਦੀ ਹੈ। ਸੋ ਬਹੁਤ ਵਧੀਆ ਸਪੀਚ ਲੱਗੀ, ਅਤੇ ਬਾਕੀ ਸਾਰਿਆਂ ਨੇ ਦੱਸਿਆ ਕਿ ਜੋ ਪੋਲੀਟੀਸ਼ੀਅਨਸ ਪੈਸਾ ਜਿਹੜਾ ਮਤਲਬ ਗਵਰਨੈਂਸ ਬਹੁਤ ਮਾੜੀ ਹੋਈ, ਅਤੇ ਹਰ ਇੱਕ ਨੇ ਇਹੀ ਕੋਸ਼ਿਸ਼ ਕੀਤੀ ਕਿ ਆਪਾਂ ਪੈਸਾ ਲੁੱਟੀਏ ਅਤੇ ਜਨਤਾ ਵਾਸਤੇ ਕੁਛ ਨਾ ਕਰੀਏ ਅਤੇ ਆਪਣਾ ਘਰ ਭਰ ਕੇ ਬਾਹਰ ਮਹਿਲ ਬਣਾਈਏ। ਸੋ ਉਹਦੇ ਨਾਲ ਕੌਮ ਦੀ ਕਦੀ ਤਰੱਕੀ ਨਹੀਂ ਹੋਈ। ਸੋ ਚੇਂਜਿਸ ਕਹਿੰਦੇ ਲੈ ਕੇ ਆਵਾਂਗੇ, ਅਤੇ ਬਹੁਤ ਵਧੀਆ ਵੀਡੀਓ ਲੱਗੀ ਅਤੇ ਕਾਫੀ ਪੈਸਾ ਜਿਹੜਾ ਲੁੱਟਿਆ, ਅਤੇ ਲੋਕੀ ਕਈ ਲੋਕ ਜਿਹੜੇ ਟੈਕਸ ਵੀ ਨਹੀਂ ਦਿੰਦੇ। ਸੋ ਅਮੀਰ ਲੋਕ ਜਿਹੜੇ ਕੋਈ ਟੈਕਸ ਨਹੀਂ ਦਿੰਦੇ, ਸੋ ਕਹਿੰਦੇ ਉਹਨਾਂ ਕੋਲ ਸਾਰਿਆਂ ਇਕੱਠਾ ਕਰਕੇ ਆਪਾਂ ਇੱਥੇ ਲਾਵਾਂਗੇ। ਸੋ ਬਹੁਤ ਵਧੀਆ ਗੱਲ ਹੈ, ਅਤੇ ਬਹੁਤ ਵਧੀਆ ਵੀਡੀਓ ਲੱਗੀ ਯਾਰ, ਕੁਛ ਇੰਪਰੂਵਮੈਂਟ ਹੋ ਰਹੀ ਹੈ ਅਤੇ ਵਧੀਆ ਲੱਗਿਆ। ਸੋ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ, ਅਤੇ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ 'ਚ ਹੈ, ਅਤੇ ਬਾਕੀ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ। ਬਾਏ ਬਾਏ।